ਅਗਲੀਆਂ ਟੀਮਾਂ ਪਾਣੀ ਵਾਲਾ ਗਰਾਊਂਡ 'ਚ ਜਾਵੇ, ਪਾਣੀ ਵਾਲਾ ਵੀਰ ਗਰਾਊਂਡ 'ਚ, ਪਾਣੀ ਵਾਲਾ ਸੇਵਾਦਾਰ ਗਰਾਊਂਡ 'ਚ ਜਾਵੜੇ ਕਿਰਪਾ ਕਰਕੇ। ਹਾਂਜੀ ਸਰਬਲ ਸਿੰਘ ਜੀ ਯੂਕੇ ਵੱਲੋਂ ਸੰਦੀਪ ਦੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਇਆ ਹੋਰ ਆ ਗਿਆ ਜੀ ਸਰਬਲ ਸਿੰਘ ਜੀ ਯੂਕੇ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਯੂਕੇ ਤੋਂ ਸਰਬਲ ਜੀ, ਬਹੁਤ ਸਾਰਾ ਮਾਨ ਸਨਮਾਨ ਭੇਜ ਰਹੇ ਆ, ਬਹੁਤ ਬਹੁਤ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਗੁਰਪ੍ਰੀਤ ਸਿੰਘ ਜੰਗੀਆਣੇ ਦਾ। ਹਾਂਜੀ ਕੇਵਲ ਸਿੰਘ ਗਿੱਲ ਪਰਿਵਾਰ ਮੇਜਰ ਸਿੰਘ ਦੇ ਲੜਕੇ, ਉਹਨਾਂ ਵੱਲੋਂ ਜੰਗੀਆਣੇ ਦੀ ਟੀਮ ਨੂੰ 200 ਰੁਪਇਆ ਆਇਆ ਜੀ ਕਰਮਜੀਤ ਲਈ, ਉਹ ਹੁਣ ਆ ਕੇ ਪੈਸੇ ਫੜ ਕੇ ਲੈ ਜਾਣ ਮਿੱਤਰੋ। ਜੰਗੀਆ ਕਿਹੜੇ ਹਿੰਮਤਪੁਰੇ ਦੀ ਟੀਮ 200 ਰੁਪਇਆ ਲੈ ਜਾਵੇ, ਜਿਹੜੀ ਟੀਮ ਇਸ ਮੈਚ ਵਧੀਆ ਲਾ ਕੇ ਹਾਰੀ ਆ ਕੋਈ ਗੱਲ ਨੀ। ਬਾਈ ਰਾਸਾ ਕੈਨੇਡਾ ਜੀ ਉਹ ਵੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਨ ਸਨਮਾਨ ਭੇਜ ਰਹੇ ਆ, ਬਹੁਤ ਬਹੁਤ ਧੰਨਵਾਦ ਹੈ ਬਾਈ ਰਾਸਾ ਕੈਨੇਡਾ ਜੀ, ਬਹੁਤ ਸਾਰਾ ਮਾਨ ਸਨਮਾਨ ਭੇਜ ਰਹੇ ਆ, ਧੰਨਵਾਦ ਕਰਦੇ ਹਾਂ। ਲਓ ਜੰਗੀਆਣੇ ਵਾਲਾ ਦੁਨੀਆਂ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਖੇਡੇ ਹੈ, ਮੋਟਰਸਾਈਕਲਾਂ ਦਾ ਜੇਤੂ ਹੈ ਮੇਰੇ ਵੀਰਿਓ, ਦੁਨੀਆਂ ਦਾ ਸੁਪਰ ਸਟਾਰ ਜਾਫੀ ਹੈ। ਜਿਹੜੇ ਵੀ ਖੇਡ ਪ੍ਰੇਮੀ ਗੁਰਪ੍ਰੀਤ ਜੰਗੀਆਣੇ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਗੱਡ ਕੇ ਦਾੜੀਆਂ ਮਾਰ ਦਿਓ ਜੰਗੀਆਣੇ ਦੇ ਗੁਰਪ੍ਰੀਤ ਸਿੰਘ ਦੇ ਲਈ, ਇੰਟਰਨੈਸ਼ਨਲ ਜਾਫੀ ਨਾਲ ਕੁਲਵਿੰਦਰ ਵਰਗੇ ਵੀ ਪੁੱਜੇ ਹੋਏ ਸਾਰੇ ਜ਼ਿੰਦਗੀ ਦੇ ਸਤਿਕਾਰਯੋਗ ਵੀਰ ਨੇ। ਮੈਚ ਜਿਹੜਾ ਮੇਰੇ ਵੀਰਿਓ ਸ਼ੁਰੂ ਹੋਣ ਲੱਗਿਆ ਖੇਡ ਮੈਦਾਨ ਦੇ ਵਿੱਚ ਗਾਲਬ ਤੇ ਜੰਗੀਆਣੇ ਦਾ। ਹੈਲੋ ਜੰਗੀ ਵਾਲਾ ਗੁਰਪ੍ਰੀਤ ਜੇ ਦੋ ਜੱਫੇ ਜੇ ਲਗਾਤਾਰ ਲਾਊ 500 ਰੁਪਇਆ ਜਗਸੀਰ ਸਿੰਘ ਵੱਲੋਂ ਹੋਊਗਾ ਆਪਦਾ ਇੱਕ। ਬਾਈ ਆ ਬੂਟੇ ਹੁਣੀ ਆ ਜਾਓ ਇੱਥੇ ਮਿੱਤਰੋ, ਆ ਬੂਟੇ ਹੁਣੀ ਆ ਜਾਓ ਇੱਥੇ, ਆ ਜਾ ਮਿੱਤਰਾ ਪੈਸੇ ਫੜੀ ਚੱਲੀ ਢੇਰੀਆਂ ਵਾਲਾ ਲਾਗੇ ਢੇਰੀਆਂ ਕਲਕਾ ਟੁੱਟੇ ਹੋਏ ਪੈਸੇ ਨਹੀਂ ਹੁੰਦੇ ਮੈਨੂੰ ਪਤਾ ਇਹਨਾਂ ਬੰਤੇ ਹੋਣਾ ਕੋਲੇ। ਹਾਂਜੀ ਕੁਲਦੀਪ ਆਸਟ੍ਰੇਲੀਆ ਤੇ ਸ਼ੀਰਾ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ, 500 ਰੁਪਇਆ ਦੇ ਨਾਲ ਦੋ ਲਗਾਤਾਰ ਜੱਫੇ ਲਾਊ ਗੁਰਪ੍ਰੀਤ ਜੰਗੀ ਵਾਲਾ। ਪਾਲਾ ਕੈਨੇਡਾ, ਰਾਸਾ ਕੈਨੇਡਾ ਤੇ ਸਤਨਾਮ ਕੈਨੇਡਾ 500 ਰੁਪਇਆ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਹੋ ਗਿਆ ਬਈ, ਇੱਕ ਜੱਫਾ ਹੋ ਗਿਆ ਮਿੱਤਰੋ, ਤਿਆਰ ਹੋ ਜਾਓ ਬਿੱਟੂ ਚੱਕ ਭਾਈ ਦੇ ਲਈ ਵੀ ਔਰ ਮੇਰੇ ਲਈ, ਦੋਨਾਂ ਸਾਡੇ ਕਮੈਂਡੇਟਰਾਂ ਲਈ 500 ਰੁਪਇਆ। ਪਾਲਾ ਕੈਨੇਡਾ, ਸਤਨਾਮ ਕੈਨੇਡਾ, ਰਾਸਾ ਕੈਨੇਡਾ, ਮਲਕੀਤ ਸਿੰਘ ਜੀ ਸਰਪੰਚ ਜਾਫੀ ਦੇ ਲਈ 100 ਰੁਪਏ ਦਾ ਮਾਨ ਸਨਮਾਨ ਭੇਜ ਰਹੇ ਹੈ, 100 ਰੁਪਏ ਧੰਨਵਾਦ ਹੈ। ਜੰਗੀਆਣੇ ਵਾਲੇ 100 ਰੁਪਏ ਹੀ ਬੰਤੇ ਵੱਲੋਂ ਉਹ ਬੰਤਾ ਜੂ ਅੱਛੇ ਸਾਡਾ ਬਾਈ ਬੰਤ ਸਿੰਘ ਜੀ ਜੂ ਅੱਛੇ 100 ਰੁਪਏ ਨਿੰਮਾ ਜੈਲਦਾਰ ਦੇਊ। ਹਾਂ 700 ਰੁਪਇਆ ਹੋ ਗਿਆ ਜੇ ਲਗਾਤਾਰ ਦੋ ਜੱਫੇ ਲੱਗ ਗਏ, ਇੱਕ ਲੱਗ ਗਿਆ ਤੇ ਦੂਜਾ ਜੇ ਹੋਰ ਲਾਤਾ ਤਾਂ 700 ਰੁਪਇਆ ਹੁਣੇ ਹੀ ਫੜ ਲਿਓ ਮਿੱਤਰੋ। ਇਹ ਬੂਟੇ ਹੋਣਾ ਦੇ ਛੱਦੇ ਤੇ ਆਈ ਹੋਈ ਆ ਜੰਗੀਆਣੇ ਦੀ ਟੀਮ, ਬੂਟਾ ਸਾਡਾ ਬਾਈ ਜੰਗੀਆਣੇ ਵਾਲਾ। ਲਾਡੀ ਠੂਰ ਵਾਲਾ ਮੰਡੀ ਦੇ ਵਿੱਚ ਜਾਵੜੇ ਉਹਨੂੰ ਬਲਦੇਵ ਹੁਣੀ ਡੀਕਦੇ ਆ। ਸੱਤ ਸੌ ਰੁਪਇਆ ਹੋ ਜਾਣਾ ਜੇ ਆਹੀ ਜੱਫਾ ਲੱਗ ਗਿਆ ਮਿੱਤਰੋ, 700 ਰੁਪਇਆ ਹੋ ਜਾਣਾ, ਨਹੀਂ ਮਿੱਤਰਾ ਦੋ ਲਗਾਤਾਰ ਫੇਰ ਲਾਉਣੇ ਪੈਣਗੇ। ਲਿਆ ਉਹ ਵੀ 700 ਰੁਪਇਆ ਬੂਟੇ, ਆ ਜਾ ਬਈ ਆ ਜਾ, ਲਿਆ ਉਹ ਵੀ 700 ਰੁਪਇਆ ਬੂਟੇ ਨੂੰ ਫੜਾ, ਮੁੜ ਕੇ ਰੌਲਾ ਪੈਣ ਵਾਲਾ ਕੰਮ ਨਾ ਹੋ ਜਾਵੇ। ਬਹੁਤ ਬਹੁਤ ਵਧੀਆ ਮੈਚ ਲਾ ਦਿਆ, ਲੈ ਵੀ 700 ਰੁਪਇਆ ਹੋ ਗਿਆ ਮਲਕੀਤ ਸਿੰਘ ਜੀ, ਅਗਲਾ ਐਲਾਨ ਕਰੋ ਬਈ। ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜੰਗੀਆਣਾ ਦੇ ਗੁਰਪ੍ਰੀਤ ਦੇ ਲਈ 100 ਰੁਪਏ ਦਾ ਮਾਨ ਸਨਮਾਨ ਭੇਜ ਰਹੇ ਹੈ। ਅਗਲਾ ਮੈਚ ਜਿਹੜਾ ਅੱਚਰਵਾਲ ਤੇ ਮਾਣੂ ਕੇ ਸੰਧੂਆਂ ਦੇ ਟੀਮਾਂ ਦੇ ਵਿੱਚ ਖੇਡਿਆ ਜਾਣਾ ਹੈ, ਅੱਚਰਵਾਲ ਤੇ ਮਾਣੂ ਕੇ ਸੰਧੂ। ਹਾਂਜੀ ਜੇ ਹੁਣ ਆਹ ਦੋ ਲਗਾਤਾਰ ਲਾ ਦੇਣਗੇ ਫੇਰ 700 ਰੁਪਇਆ ਉਵੇਂ ਹੀ ਹੋ ਜਾਣਾ, ਢੱਲੇ ਗਲਾ ਚਰਨਾ ਜੇ ਲਗਾਤਾਰ ਦੋ ਜੱਫੇ ਲਾ ਦੂ ਤਾਂ 700 ਰੁਪਇਆ ਇਹਨੂੰ ਹੋ ਜਾਣਾ ਬਈ, 2-1 ਮੈਨੂੰ ਮੇਰਾ ਹੋ ਗਿਆ ਬਈ। ਇਹ ਨਹੀਂ ਬਈ ਨਹੀਂ, ਵਾਹ ਬਈ ਢੱਲੇ ਗਲਾ ਚਰਨਾ ਸਾਡੇ ਨਾਲ ਭਾਈਆਂ ਨਾਲੋਂ ਵੱਧ ਪਿਆਰ ਰੱਖਦਾ, ਟੂਰਨਾਮੈਂਟ ਕਮੇਟੀ ਹਰ ਸਾਲ ਆਉਂਦਾ ਇਸ ਖੇਡ ਮੇਲੇ ਤੇ, ਅਸੀਂ ਸਨਮਾਨ ਵੀ ਕਰਦੇ ਤੇ ਐਤਕੀ ਵੀ ਕਰਾਂਗੇ ਇਸ ਬਾਈ ਦਾ ਸਨਮਾਨ ਇੱਥੇ। ਸੁਣਿਆ ਤਾਂ ਕਬੱਡੀ ਭੁਪਿੰਦਰ ਗਿੱਲ ਜੰਗੀਆਣੇ ਦਾ ਪਿੰਡ ਹੈ, ਕਬੱਡੀ ਦੇ ਚੋਟੀ ਦੇ ਖਿਡਾਰੀਆਂ ਦਾ ਪਿੰਡ ਹੈ ਮੇਰੇ ਵੀਰੋ। ਪਈ ਹੋਈ ਕਬੱਡੀ ਦੇ ਗੁਰਪ੍ਰੀਤ ਜੰਗੀਆਣੇ ਵਾਲਾ ਕਬੱਡੀ ਦਾ ਸੁਪਰ ਸਟਾਰ ਜਾਫੀ ਫਿਰ ਬਹੁਤ ਸੋਹਣੀ ਕੋਸ਼ਿਸ਼ ਕਰਦਾ, ਪਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚਰਨਾ ਢੱਲੇ ਗਿਆ ਵਾਲਾ ਵੀ ਬਹੁਤ ਕਮਾਲ ਦਾ ਜਾਫੀ ਹੈ, ਚੱਲ ਵੀ ਸੋਹਣਿਆ ਬਾ ਕਬੱਡੀ ਕਿ ਸੋਹਣੇ ਪਿੰਡ ਲੱਖੇ ਦੇ ਮੁੰਡੇ
ਢੱਲੇ ਕੇ ਵਾਲਿਆ 700 ਰੁਪਈਆ ਜੇ ਤੂੰ ਦੋ ਲਗਾਤਾਰ ਜੱਫੇ ਲਾਵੇਂਗਾ 800 ਹੋ ਗਿਆ ਵੀ 100 ਰੁਪਈਆ ਕਹਿੰਦਾ ਕੇਵਲ ਹੋ ਗਿਆ ਕੇਵਲ ਵੱਲਿਓ ਕੇਵਲ ਸਿੰਘ ਜੀ ਗੱਲ ਸਤਨਾਮ ਕੈਨੇਡਾ ਤੇ ਪਾਲ ਕੈਨੇਡਾ ਵੱਲਿਓ 500 ਹੋ ਗਿਆ 1200 ਰੁਪਈਆ ਹੋ ਗਿਆ ਢੱਲੇ ਕੇ ਜੇ ਦੋ ਜੱਫੇ ਤੂੰ ਲਾਵੇਂਗਾ 1200 ਰੁਪਈਆ ਢੱਲੇ ਕੇ ਲਈ ਗੱਗੀ ਫਿਰ ਗੱਲਬਾਤ ਦੀ ਧਰਤੀ ਦਾ ਅਗਲੀ ਕਬੱਡੀ ਬਾਂਦੇ ਲਈ ਵਾਧਾ ਹੋਏ ਦੂਜੇ ਪਾਸੇ ਚਾਰ ਜਾਫੀ ਨੇ ਬਹੁਤ ਸੋਹਣੀ ਕੋਸ਼ਿਸ਼ ਕਰ ਰਹੇ ਆ ਹਲਕਾ ਹਲਕਾ ਪਿੱਛੇ ਨੂੰ ਹਟਿਆ ਹਲਕਾ ਹਲਕਾ ਪਰਛਾਵਾਂ ਵੀ ਪਿੱਛੇ ਨੂੰ ਹਟਿਆ ਇੱਕ ਪਾਸੇ ਗੱਗੀ ਗਾਲਬ ਵਾਲਾ ਦੂਜੇ ਪਾਸੇ ਜੰਗੀਆਂ ਨੇ ਵਾਲਾ ਬਹੁਤ ਸੋਹਣੀ ਕੋਸ਼ਿਸ਼ ਕਰਦਾ ਹੋਇਆ ਮਾਰ ਦਿਓ ਤਾੜੀਆਂ ਮੇਰੇ ਵੀਰਿਓ ਵਾਹ ਵਾਹ ਨਜ਼ਾਰਾ ਆ ਗਿਆ ਮਿੱਤਰਾ ਬਹੁਤ ਵਧੀਆ ਜੱਫਾ ਲਾਇਆ ਤੂੰ ਉਧਰ ਕਹਿੰਦੇ ਵੀ ਜੰਗੀਆਂ ਵਾਲੇ ਬੂਟੇ ਹੁਣੀ ਵੀ ਪੱਤਾ ਭਾਰ ਹੋ ਬੈਠਾ ਕਹਿੰਦੇ ਨਾਨਕਿਆਂ ਦੇ ਘਰੋਂ ਅੱਜ ਮੋਟਰਸਾਈਕਲ ਲੈ ਕੇ ਜਾਣੇ ਆ ਮੈਨੂੰ ਕਹਿੰਦੇ ਬਾ ਵੀ ਬਾ ਕਹਿੰਦੇ ਸਾਡੇ ਬੁੜੇ ਤਾਂ ਨਹੀਂ ਲੈ ਕੇ ਗਏ ਸੀ ਅੱਜ ਮੋਟਰਸਾਈਕਲ ਹੋਰ ਤਰ੍ਹਾਂ ਲੈ ਕੇ ਜਾਣੇ ਆ ਕਹਿੰਦਾ ਸੀ ਬਹੁਤ ਬਹੁਤ ਧੰਨਵਾਦ ਇਹਨਾਂ ਵੀਰ ਵਾਲਾ ਜੰਗੀਆਂ ਵਾਲਿਆਂ ਦਾ ਇਸ ਪਿੰਡ ਦੇ ਦੋਧੇ ਆ ਇਹ ਬਹੁਤ ਸੋਹਣੇ ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਕਹਿੰਦੇ 1200 ਰੁਪਇਆ ਦੇਣਾ ਹੈ ਜੇ ਢੱਲੇ ਕੇ ਵਾਲਾ ਚਰਨਾ ਦੋ ਜਫੇ ਲਗਾਤਾਰ ਲਾਵੇਗਾ ਲਓ ਇਧਰਲੇ ਪਾਸੇ ਨਾਜੋ ਨੇ ਵੀ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਇਹੋ ਚ ਬੱਢਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਹਠੂਰ ਵਾਲਾ ਰੂਪਾ ਮੇਰੇ ਵੀਰੇ ਕੀਤਾ ਚੰਨਣ ਵਾਲੀ ਹੈ ਅਰ ਮਲਕੀਤ ਸਿੰਘ ਜੀ ਸਰਪੰਚ ਸਾਹਿਬੋ ਮੇਰੇ ਵੀਰੇ ਜਾਫੀ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜਦੇ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਭਿੰਦਰ ਸਾਡੇ ਵੀਰ ਦਾ ਪਰਸਨ ਸਿੰਘ ਜੀ ਮਲਕੀਤ ਸਿੰਘ ਜੀ ਦਰਸ਼ਨ ਸਿੰਘ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੁੱਚੇ ਮੇਰੇ ਵੀਰੋ ਦੇਖ ਭਗਤ ਐਂਡ NRI ਸਪੋਰਟਸ ਕਲੱਬ ਦਾ ਲਓ ਚਾਰ ਜਾਫੀ ਪਾਈ ਹੋਈ ਕਬੱਡੀ ਤੇ ਜੰਗੀਆਂ ਨੇ ਵਾਲਾ ਕਬੱਡੀ ਦਾ ਕਹਿਰ ਦਾ ਜਾਫੀ ਹੈ ਮੇਰੇ ਵੀਰੋ ਜਲਮ ਜਾਫੀ ਖੇਡ ਕਬੱਡੀ ਦਾ ਬਹੁਤ ਸੋਹਣਾ ਜਫਾ ਲਾ ਰਹੇ ਹੈ ਔਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜਿੰਨੇ ਵੀ ਜਾਫੀ ਦੋਨੇ ਟੀਮਾਂ ਦੇ ਜਫੇ ਲਾ ਰਹੇ ਹੈ ਉਹਨੇ 100-100 ਰੁਪਈਏ ਦੇ ਜਿਹੜੇ ਮਾਨ ਸਨਮਾਨ ਭੇਜ ਰਹੇ ਹੈ ਜਾਫੀ ਜਿੰਨੇ ਵੀ ਜਫੇ ਲਾ ਰਹੇ ਹੈ ਲਓ ਪਈ ਹੋਈ ਕਬੱਡੀ ਫਿਰ ਨਾ ਯੁਨਤਾਵੀ ਦੀ ਸਾਹਮਣੇ ਚਾਰ ਜਾਫੀ ਹਲਕਾ ਹਲਕਾ ਪਿੱਛੇ ਨੂੰ ਹਟਦੇ ਜਾ ਰਹੇ ਹੈ ਕਹਿੰਦੇ ਇਧਰਲੇ ਪਾਸੇ ਫਿਰ ਮੋਟਿਆ ਪੱਟਾਂ ਨੂੰ ਖਿੱਚ ਮਾਰੀਆਂ ਨਾਜੋ ਨੇ ਸਾਹਮਣੇ ਦੇਖਾਂਗੇ ਮੇਰੇ ਵੀਰਿਓ ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਦੋਨੇ ਟੀਮਾਂ ਪੁਆਇੰਟ ਰੇਟਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਏ ਚੱਲ ਵੀ ਦੀਪਿਆ ਪਾ ਕਬੱਡੀ ਤੇ ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਦੀਪਾ ਹਾੜਾ ਛੱਡ ਦੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸਰੀਕਾ ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜੇ ਚਮਕਾ ਕੇ ਸਿੰਘ ਫਸ ਕੇ ਗੁੰਡੀਆਂ ਦੇ ਮਿੱਤਰ ਬਹਿ ਜਾ ਗੋਡੀ ਲਾ ਕੇ ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜੇ ਚਮਕਾ ਕੇ ਲਾਓ ਇਧਰਲੇ ਪਾਸੇ ਨਾ ਆਈ ਉਹਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਫੜਿਆ ਹੋਇਆ ਮੇਰੇ ਵੀਰੇ ਭਰਿਆ ਹੋਇਆ ਕਲਾਬ ਹੈ ਬਹੁਤ ਸੋਹਣੇ ਪੁਆਇੰਟ ਜਾਫੀ ਦਾ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜਿੰਨੇ ਵੀ ਜਫੇ ਲਾ ਰਹੇ ਦੋਨੇ ਟੀਮਾਂ ਦੇ ਖਿਡਾਰੀ ਹਰ ਇੱਕ ਜਫੇ ਦੇ ਉੱਪਰ ਮਾਨ ਸਨਮਾਨ ਭੇਜ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਅਗਲੇ ਅਗਲੇ ਸਾਲ ਕਹਿੰਦੇ ਸਤਨਾਮ ਕੈਨੇਡਾ ਪਾਲ ਕੈਨੇਡਾ ਰਾਸਾ ਕੈਨੇਡਾ ਤੇ ਗੈਰੀ ਕੈਨੇਡਾ ਵੱਲਿਓ 1,00,000 ਰੁਪਇਆ ਹੋਊ ਇਸ ਖੇਡ ਮੇਲੇ ਲਈ ਸਾਡੇ ਵੀਰ ਆਨਲਾਈਨ ਬੈਠੇ ਕਹਿੰਦੇ ਬੜਾ ਨਜ਼ਾਰਾ ਆ ਰਿਹਾ ਮਿੱਤਰਾ ਇੱਥੇ ਪਿੰਡ ਦਾ ਖੇਡ ਮੇਲਾ ਦੇਖਣ ਲਈ 1,00,000 ਰੁਪਇਆ ਹੋਊਗਾ ਕੈਨੇਡਾ ਦੇ ਵਿੱਚ ਬੈਠੇ ਜ਼ਿੰਦਗੀ ਦੇ ਸਤਿਕਾਰਯੋਗ ਵੀਰ ਸਤਨਾਮ ਹੁਰੀ ਮੇਰੇ ਵੀਰੇ ਰਾਸੇ ਹੁਰੀ ਸਾਰੇ ਵੀਰ ਜਿਹੜੇ ਉਹ ਮਾਇਆ ਦੇ ਗੱਫੇ ਭੇਜ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਇਧਰਲੇ ਪਾਸੇ ਜਾਫੀ ਦੀ ਕੀਤੀ ਕੋਸ਼ਿਸ਼ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਮੈਚ ਸਮਾਪਤ ਜੰਗੀਆਂ ਜੇਤੂ ਹੈ ਚੱਲ ਹੋਏ ਮੈਚ ਦੇ ਵਿੱਚੋਂ ਬਿੱਟੂ ਪਲੀਜ਼ ਸਾਡਾ ਕੈਨੇਡਾ ਚੋਂ ਸਾਡੇ ਵੀਰ ਨੇ ਫੋਨ ਕੀਤਾ ਤੇ ਉਹ ਕਹਿੰਦਾ ਗਾਤਰੇ ਵਾਲਾ ਗੀਤ ਹੈ ਇੱਕ ਇੱਕ ਦੋ ਕੁ ਲੈਂਦਾ ਹੈ ਨਾ ਜੀ ਚਾਲ ਡਿਜੀਟਲ ਸਟੂਡੀਓ ਦਾ ਬਹੁਤ ਬਹੁਤ ਧੰਨਵਾਦ ਮੀਤਾ ਚਾਲ ਡਿਜੀਟਲ ਸਟੂਡੀਓ ਬਾਈ ਯਾਰ ਗਰਾਊਂਡ ਚੋਂ ਬਾਹਰ ਹੋ ਕਿਰਪਾ ਕਰਕੇ ਆਹ ਮੇਹਰ ਸਿੰਘ ਵਾਲੇ ਡੇਢ ਕੇ ਵਾਲੇ ਵੀਰ ਆਪਦੇ ਗੱਡੀ ਦੇ ਪਹੁੰਚਣ ਬਿੱਟੂ ਚੱਕ ਭਾਈ ਕੇ ਉਹ ਵੀਰ ਦੇ ਲਈ ਜਿਹੜੇ ਨੇ ਕੈਨੇਡਾ ਚੋਂ ਫੋਨ ਕੀਤਾ ਕਹਿੰਦਾ ਨਾਸ ਕਰਦੇ ਸਿੱਖੀ ਦਾ ਗੁਰੂ ਦੀ ਖੰਡਿਓ ਦਿਖੀ ਦਾ 19 ਵੀ ਨਹੀਂ ਰਹਿਣਾ ਸਾਡਾ ਸੀ ਰੁਤਬਾ 21 ਦਾ ਕਰਦਾ ਨਾ ਪਾਵੋ ਰੱਖ ਦਿਓ ਲਾਹ ਕੇ ਰੱਖ ਦਿਓ ਜਿਹੜੇ ਦਾਰੂਆਂ ਪੀਂਦੇ ਨੇ ਗਾਤਰੇ ਪਾ ਕੇ ਇਹ ਗਾਣਾ ਆਪਣਾ ਥੋੜੇ ਦਿਨਾਂ ਦਾ ਮਾਰਕੀਟ ਜਾ ਜਾਣਾ ਉਮੀਦ ਕਰਦਾ ਸਾਰੇ ਪਸੰਦ ਕਰੋਗੇ ਬਹੁਤ ਬਹੁਤ ਧੰਨਵਾਦ ਬਿੱਟੂ ਚੱਕ ਭਾਈ ਕੇ ਪਲੀਜ਼ ਜਿੱਥੇ ਕਿਤੇ ਸਾਡਾ ਵੀਰ ਸਾਡੀ ਆਵਾਜ਼ ਨੂੰ ਸੁਣ ਰਿਹਾ ਉਹ ਸਾਨੂੰ ਮਿਲ ਲੇ ਪਲੀਜ਼ ਬਿੱਟੂ ਚੱਕ ਭਾਈ ਕੇ
सो इस तरह एक बार फिर आप 26 तरीक न चकर दे कबड्डी कप से कट्ठे होना है 27 तरीक न ठीकरी वाल दे कबड्डी कप से माइक से अगली रनिंग कमेंट्री के लिए बिट्टू चक पाई गई हैलो जेकर सुनू संदीप कौर की कमेंट्री वधिया लगी गाने वधिया लगे एक बार जोर ताड़िया मार दो मारो ताड़िया इस इलाके पहली बार बोलण आया वशे तौर पर जेकर अज के टूरनामेंट का सवाल है एक बार जोर ताड़िया मारो बहुत वड्डा धन्यवाद रब वर्गे स्रोतियां का मैच बहुत तकड़े खेडे आ रहे हैं उधर जग्गा चक्कर जी काका चक्कर जी ना उस पाले कनेडा वाले उड़ी हेलो सतना उड़ी मेरे वीडियो जिंदगी दे अजीज रे हेलो विक्की वीर इधर आई सेमीफाइनल काका चक्कर जी ना उस पाले कनेडा वाले उड़ी सतना उड़ी मेरे वीडियो जिंदगी दे अजीज रे हेलो विक्की वीर इधर आई सेमीफाइनल यहां जा रहे जी सेमीफाइनल मैच दी टाइयां पाईयां जा रही ने बेनती है टीमों के खिलाड़ी जेतू टीमों के खिलाड़ी पहुंच जा हेलो सेमीफाइनल मैच टाइया पाइया जा रही ने बेनती है टीमों के खिलाड़ी हेलो जो मैच शुरू हो जा रहा है अपना बांदा हो वर्ष मानू के संधु दोनों टीमों का बहुत तकड़ा मैच शुरू होता हो नंद ला रहे ने बहुत बहुत धन्यवाद महेंद्र बदड़ी का संदीप बदड़ी का बहुत बहुत धन्यवाद ਗੱਗੂ ਹਿੰਮਤਪੁਰੇ ਵਾਲਾ ਆ ਕੇ ਆਪਣਾ ਸਨਮਾਨ ਲੈ ਜਾਵੇ ਨਾਲੇ ਬਾਜਾ ਮੱਲਣ ਵਾਲਾ ਨਾਲੇ ਗੱਗੂ ਹਿੰਮਤਪੁਰੇ ਵਾਲਾ ਆਪਣਾ ਸਨਮਾਨ ਲੈ ਜਾਣਾ ਉਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਸ਼ੁਰੂ ਹੁੰਦਾ ਹੋਇਆ ਚਰਨਾ ਧੱਲੇ ਕਾ ਉਹ ਵੀ ਸਨਮਾਨ ਲੈ ਜੇ ਆਪੋ ਆਪਣੀਆਂ ਸਾਈਡਾਂ ਲੈ ਰਹੀਆਂ ਨੇ ਮਾਨੂ ਕੇ ਦੀਪ ਚੇਰੀ ਵਾਲਾ ਸਨਮਾਨ ਦੇਣਗੇ ਗੱਗੂ ਹਿੰਮਤਪੁਰੇ ਵਾਲੇ ਔਰ ਦੂਸਰੇ ਪਾਸੇ ਜਿਹੜੀ ਟੀਮ ਮੇਰੀ ਸਤਨਾਮ ਬਾਈ ਕੋਲ ਬੋਲਣਾ ਯਾਰ ਸਤਨਾਮ ਕਨੇਡਾ ਤੇ ਪਾਲ ਕਨੇਡਾ ਤੇ ਰਾਸਾ ਕਨੇਡਾ ਤੇ ਗੈਰੀ ਕਨੇਡਾ ਵਾਲੀ ਉਹ ਦਾਸ ਦੇ ਬੋਲੋ ਕੇ ਖੋਲ ਕੇ ਸੇ ਸਨਮਾਨ ਆਇਆ ਬਾਜਾ ਮੱਲਣ ਵਾਲਾ ਨਾਲੇ ਗੱਗੂ ਹਿੰਮਤਪੁਰੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਉਧਰ ਖੇਡ ਜੋੜਨਾ ਪਿੰਡ ਗਗਨ ਭੱਠਾ ਦਾ ਪਿੰਡ ਕਬੱਡੀ ਪਾ ਰਿਹਾ ਕੋਈ ਕਰਨਾ ਪੱਲੇ ਦਾ ਉਧਰ ਗਾਇਲਵਾਲ ਦਾ ਕਰਮੀ ਵੇਖੋ इस वे ट्राई करता हुआ पर पांच जरा मेरी वीडियो इस वे सोनी चूड़ा वाला अपनी टीम के हिस्से जुड़ा हुआ सतनाम करेगा हर क्रेड ते गगन ते रासा कनेडा ते गैरी कनेडा वाली को चूड़ा वाला कहता हर एक क्रेड ते सोनी दे 500 रुपए दे मार सरपार उड़ गए रूटर तो थोड़ा थोड़ा पीछे हो पहली दिया दी रूटर तो थोड़ा थोड़ा पिंड गगन पीछे हो थोड़ा पिंड लाओ ऐसी मारू क्या बात होता क्वाइट लेके बाल बाल लाओ यार मैं भी ऐसी विट्टू सब ऐसे करने अगली कबड्डी रविंद्र सिंह कबड्डी पा रहा है वाया फिर कबड्डी के मैदान के बहुत बड़ा धन्यवाद है आज कबड्डी कप का अगली रणधीर नाल लग गए पिंड कहता उठे छड के आया पिंड वाले जोर लाते उधर वेखो इस नौजवान मानुकियां वाला पर जगविंदर पकवान का वादा करता हुआ उधर पंडित राम जी का गह गटमा धन्यवाद है दास दे लई बहुत बड़े मान पूजते कर रहे ने कुलदीप चेरिया जी का बहुत बहुत धन्यवाद कुलदीप चेरिया गोविंदा खेड कबड्डी के मैदान के विच पौंदा होया उधर बहुत बहुत धन्यवाद पाला कनेडा राशा साडा वीर हैरी ते सतनाम कनेडा के विच बैठे ऐलान करते ने कि अगले साल 1,00,000 रुपया दिता जाएगा इस कबड्डी टूरनामेंट के लिए इधर गोविंदा वेखो पार लैके बस अपनी टीम वाल वध्या होया लो अगली कबड्डी गगन भट्ठल वालों हर कबड्डी से 1,700 रुपया सोनी झोलड़ा की धरती का खेड के मैदान मेरे वीडियो पाँदा हुए कबड्डी है अज वखरे नजारे है मेरे वीडियो उस धरती से खेड के मैदान रही कबड्डी
साल मोटरसाइकिल दिता जाएगा फिरत्या तेरे यार गगन भट्टल वालों झूलदा सोनी नू अभी एक तरह की टीम तो मारू कहती टीम से त्राज आया कहते भी तीन बार यह आपका त्राज फीस दे गए इसलिए नोट कर लो अचराली दसो माड़ा पांच सौ कौन दे गया सानू अच्छा उन्होंने अचराल से मानू कहने को फिर प्लीज माइक पिक्की दे दो जो फ्री हो गया एक मिनट फिर उड़ा गीता वेखो इस वे ट्राई करता हो पर मानू कहता हैप्पी पॉइंट लगे वापस जाता हो सैमीफाइनल दोनों टीम जल्दी ग्राउंड च आ जाए झूलड़ा का सोनी के खेड कौडी नाम एदा बोलता कौडी पाउन लग्या भूरा बिना बोलता हाथ ला के जाफिया चीते वांगू भजदा के खेड कौडी नाम बड़ा सोनी यार वजदा उधर वर्ल्ड वालिया करमी इस वे पूरी जोरदार कोशिश करता हो हेलो गीता फिर जफा लाता पांच सौ रुपया गगन भट्टल वाली साढ़े यार वाली उधर गगन भट्टल होरी कहते ऐलान करते हैं जिथे पांच सौ रुपया गीते जफे से होगा उजागर सिंह भट्टल के परिवार वालों अगले साल कहते सोनी नू मोटरसाइकिल देना एक साल पहला फेरू राई के गीते गगन भट्टल ने मोटरसाइकिल दिता मेरी वीरू खेड कबड्डी की मैदान मेरी वीरू इस वे खेड कबड्डी के मैदान इधर नौजवान जाफी वेखो इस वे ट्राई करता हो पर कुलदीप सिंह जी चंदनवाल भावी का उधर कहते अगले साल लख रुपया दिता जाएगा पाला कनेडियन राशा हैरी ते सतनाम कनेडा वालों इधर रामपट जी बिल्कुल मेरे लागे खड़े ने एक बार राम जी आप दर्शकों ने फतेह सांझी करिए हाथ खड़ा करके बहुत बड़ा सहयोग है इस परिवार का अशोक जी होरां दा बिल्कुल मेरे लागे करके खड़े ने नेक दिल इंसान ने पिथों वाला जोहान परिवार का दुनिया का इस वे करता हुआ दो हाथ बजी हुई जोरदार कैंची कहते दर्शन सिंह जी बयाली मोटरसाइकिल जितते ने अज वेखदे फिर अगला मोटरसाइकिल किस खिलाड़ी के हिस्से होगा हाँ जी सुरजीत पत्रकार का जवाक जो इतने आया वा कृपा करके घरे जावे सुरजीत पत्रकार का मुंडा वा जरा हाँ जी गुगू गुगू का मलन वाले का गुगू हेमंतपुरे का सम्मान कर जा रही है कमेटी साडा भाई कुलदीप आस्ट्रेलिया कितने आ कुलदीप आस्ट्रेलिया सीरा कितने भाई तेरा यार कुलदीप आस्ट्रेलिया दोनों खिलाड़ियों के दरम्यान बहुत तकड़ा संघर्ष थे जिहड़ा रैफरी का फैसला टल होगा खिलाड़ी भी प्लीज नोट कर लेंगे रैफरी का जिहड़ा फैसला टल होगा उधर कहते अज दुनिया के सुपर स्टार पुजे हुए ने खेड कबड्डी के मैदान बूटा छापा याल सवेवा सोसायटी के चेयरमैन साडे दरम्यान चेचे तौर पर पुजे हुए ने रायकोट की यंग कबड्डी क्लब अगले साल कहते फोर ट्रैक्टर दिते जाने ने रायकोट के कबड्डी कप से बूटा छापा जी उन्हें पुजे ने आए साल कमेटी वधिया खिडारियों के मान सम्मान करती है इस खेड मेले से इस साल भी वधिया कबड्डी के खिडारी पुजे उन्हों का मान सम्मान किया गया बाजा मलण ते गुगू हेमंतपुरे का बहुत बहुत धन्यवाद रूपा ठूर जी कृपा करके ग्राउंड के आ जाण साडी बेनती है रूपा ठूर जी दर्शन सिंह जी उन्हां नूं याद कर रहे ने इधर सोनी झूलड़ा वाला अगली कबड्डी पाउंदा होया खेड कबड्डी के मैदान उधर चार जाफी एक पासे वर्ल्ड बाल का करमी दूसरे पासे पिथों का शीरा उधर कहते कनेडा की यूथ कबड्डी क्लब वालों इस सीजन के कनेडा की धरती से एक पासे थोड़ा शीरा भी दूसरे बाल पिथों का कल्ला वाला खेडण आ रहे ने साडे दी हैरी नंगलोना दी टीम लई हर कनेडा दी होरां दी टीम लई पिथों आ जा गई वर्ल्ड बाल का करमी कल्ला वाला कोशिश कर रहा होया साडे वीर हैरी झूलड़ा वाला गगन भट्टल जी वालों हर टीम लई आ जा गई वर्ल्ड बाल का करमी बहुत वड्डा उपराला कीता हर एक टूरनामेंट से सारे सत्कारयोग वीर पीते वासी होनी अक्सर ही मिलते महीना महीना दो दो महीने मेहनत करनी पैंदी है इधर झूलड़ा वाला सोनी कबड्डी पाउंदा होया पिथों वाला पुड़दा होया खुच इस वेले खेड कबड्डी का बहुत स्टार जाफी ला गया जफा नौजवान
इस वेले बजदियां होईयां ताड़ियां सरदार मलकीत सिंह जी वालों 100 रुपया इस नौजवान जाफी लई सरपंच दर्शन सिंह जी एक एक पॉइंट ते माया दे गफे पुजदे कर रहे ने उधर बहुत बड़ा धन्यवाद है सीरा ऑस्ट्रेलिया कुलदीप ऑस्ट्रेलिया वंता यूएसए पाला कनेडा तेजी ते जिंदर साडे वीर इस नगर दे मशहूर कबड्डी खिलाड़ी उधर कुलदीप गैलोरा दा बड़ा धन्यवाद है पंडित हरी जी दा पाला साडा वीर अशोक पंडित जी सतनाम जी होरां दा बहुत बहुत धन्यवाद इधर साबड़े हैप्पी नाल ही इधर जसवीर सिंह सीरा ऑस्ट्रेलिया मन दे विच इच्छा रखी बैठा भी एक दिन इत्थे मेरे वीर कप करवाउणा ते कहंदा कुलदीप ऑस्ट्रेलिया जसवीर सीरा ऑस्ट्रेलिया कहंदे जे हुण पिथों वाला सीरा जफा ला देगा ते 500 रुपया मेरे वल्ले हो वाह जवानी मुझ फुट गबरू लाला जफे लैंदा मेला लुट गबरू शीरा शीरा हुंदी हुण पूरे जग ते सोहना है शरीर यारू एदा रज के सोहना है शरीर यारू एदा रज के पिथों वाला खेड कबड्डी दे मैदान दे विच ला तकड़ा जफा सरदार दर्शन सिंह जी 100 रुपए माया दे गफे दे रहे ने इधर वाईफाई कबड्डी वाईफाई ते कबड्डी जिंद जांदा है साडी प्रबंधक वीर वल कबड्डी मेरी जिंद जान ओदा दा दुना दुना पेजा दा मरसबार कीता जाणा है ਇਹ ਬੇਨਤੀ ਹੈ ਲਓ ਸਾਹਮਣੇ ਗਵਿੰਦਾ ਮੈਤੀਆਣਾ ਸਾਹਿਬ ਦੇ ਲਾਗੇ ਕਰਕੇ ਮਸ਼ਹੂਰ ਪਿੰਡ ਮਾੜੂ ਕੇ ਸੰਧੂ ਲੱਖਾ ਪਿੰਡ ਮੇਰੇ ਵੀਰੋ ਇਸ ਏਰੀਏ ਦੇ ਮਸ਼ਹੂਰ ਪਿੰਡ ਮੇਰੇ ਵੀਰੋ ਵਾਹ ਮਲਹਾਰੇ ਜਾਬਾ ਆਉਣ ਵਾਲੇ ਸਮਿਆਂ ਦਾ ਸੁਪਰ ਸਟਾਰ ਖਿਡਾਰੀ ਉਹ ਭੱਜ ਗਿਆ ਮੇਰੇ ਵੀਰੋ ਗਵਿੰਦਾ ਲੈ ਵੀ ਨੌਜਵਾਨ ਬਿੱਟੂ ਵੀਰ ਸੋਨੀ ਨੇ ਕਬੱਡੀ ਪਾਈ ਹੈ ਕਹਿੰਦੇ ਉੱਗੇ ਖੇਡ ਪ੍ਰਮੋਟਰ ਗਗਨ ਭੱਠਲ ਹੋਰਾਂ ਨੇ ਮੋਟਰਸਾਈਕਲ ਦੇਣਾ ਆਉਂਦੇ ਸੀਜ਼ਨ ਦੇ ਵਿੱਚ ਉੱਥੇ ਮੇਰੀ ਵੀਰੋ ਇਸ ਨੌਜਵਾਨ ਧਾਬੀ ਨੂੰ ਉਧਰ ਵਰਲਡ ਵਾਲੀਆ ਮਾਰਦਾ ਹੋਇਆ ਕੈਂਚੀ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਨੌਜਵਾਨ ਸੋਨੀ ਝੂਲੜਾ ਵਾਲਾ ਆਉਂਦਾ ਭੱਜਿਆ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਣ ਦਾ ਵਾਅਦਾ ਕਰਦਾ ਹੋਇਆ ਪੰਡਤ ਅਸ਼ੋਕ ਜੀ ਵੱਲੋਂ ਪਿੱਥੋਂ ਵਾਲੇ ਸ਼ੀਰੇ ਲਈ 100 ਰੁਪਏ ਦੇ ਮਾਇਆ ਦੇ ਸਨਮਾਨ ਨੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਉਹ ਝੂਲੜਾ ਵਾਲੇ ਸੋਨੀ ਲਈ ਮਾਇਆ ਪੁਜਦੀ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਉਧਰ ਬਿੰਦਰ ਬੱਧਣੀ ਜੀ ਦਾ ਗਿਆ ਗੱਡਮਾ ਧੰਨਵਾਦ ਹੈ ਅੱਜ ਦੇ ਕਬੱਡੀ ਟੂਰਨਾਮੈਂਟ ਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਉਸ ਸਤਿਕਾਰਯੋਗ ਵੀਰ ਦਾ ਇਧਰ ਗਵਿੰਦਾ ਕਬੱਡੀ ਪਾਉਂਦਾ ਹੋਇਆ ਇਸ ਤੋਂ ਅਗਲਾ ਮੈਚ ਜੰਗੀਆਣਾ ਵਰਸਿਜ ਰਸੂਲਪੁਰ ਦੀਆਂ ਟੀਮਾਂ ਦਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੰਗੀਆਣਾ ਵਰਸਿਜ ਰਸੂਲਪੁਰ ਪਹਿਲਾ ਸੈਮੀਫਾਈਨਲ ਖੇਡਣ ਜਾਵੇਗਾ ਅੱਜ ਦੇ ਇਸ ਕਬੱਡੀ ਕੱਪ ਦਾ ਕਿ ਬਦੌਲਤ ਕਬੱਡੀ ਦੀ ਲੱਖਾਂ ਦਿਲਾਂ ਵਿੱਚ ਵਸਦੇ ਨੇ ਸੁਰਖਪੁਰੀ ਸੰਦੀਪ ਅਤੇ ਦੁੱਲਾ ਹੈਲੋ ਬਾਈ ਗਰਾਊਂਡ ਤੋਂ ਬਾਹਰ ਬੜਾ ਸਾਈਡ ਤੇ ਹੋ ਜਾਓ ਬਾਈ ਯਾਰ ਸਰਦਾਰ ਦਰਸ਼ਨ ਸਿੰਘ ਜੀ 100 ਰੁਪਏ ਮਾਇਆ ਦੇ ਮਾਨ ਸਨਮਾਨ ਇਸ ਨੌਜਵਾਨ ਜਾਫੀ ਦੇ ਲਈ ਪੁੱਜਦੇ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜਿਹੜੇ ਬਾਦੂ ਵੀਰ ਗਰਾਊਂਡ ਦੇ ਵਿੱਚ ਖੜੇ ਨੇ ਕਿਰਪਾ ਕਰਕੇ ਬੈਠ ਜਾਣਗੇ ਸਾਡੀ ਬੇਨਤੀ ਹੈ ਪਹਿਲੇ ਸੈਮੀਫਾਈਨਲ ਵਾਲੀਆਂ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਇਧਰ ਅਗਲੀ ਕਬੱਡੀ ਫੇਰ ਗਬਰੂ ਅਚਰਵਾਲ ਪਿੰਡ ਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਇਸ ਵੇਲੇ ਉਧਰ ਬੈਠੋ ਫੇਰ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਤਕੜਾ ਜਫਾ ਲਾ ਗਬਰੂ ਮਾਨੁਕਿਆਂ ਦੀ ਟੀਮ ਲਈ ਪਿੱਥੋਂ ਦਾ ਸ਼ੀਰਾ ਪਾਉਣ ਦਾ ਵਾਅਦਾ ਕਰਦਾ ਹੋਇਆ ਕਹਿੰਦੇ 40 ਤੋਂ ਵੱਧ ਮੋਟਰਸਾਈਕਲ ਜਿੱਤੇ ਜਿਸ ਤਰ੍ਹਾਂ ਸੰਦੀਪ ਕੁਰਡ ਜੀ ਨੇ ਆਖਿਆ ਕਿ 40 ਮੋਟਰਸਾਈਕਲ ਏਜੰਸੀ ਬਣ ਜਾਂਦੀ ਹੈ ਬਹੁਤ ਵੱਡੇ ਮਾਣ ਦੀ ਗੱਲ ਹੈ ਹੁਣ ਮੋਟਰਸਾਈਕਲ ਗੱਡੀਆਂ ਕਾਰਾਂ ਨੁਕਰੇ ਘੋੜੇ ਖੇਡ ਕਬੱਡੀ ਦੇ ਵਿੱਚ ਮੇਰੀ ਵੀਰੋ ਆਮ ਗੱਲ ਹੋ ਗਈ ਇਧਰ ਖਿਡਾਰੀਆਂ ਦਾ ਮੁੱਲ ਪੈਂਦਾ ਕਿ ਜਿਹਦਾ ਪਹਿਲਾ ਮੁੱਲ ਸੀ ਕੌਡੀ ਖਾਂਦੀ ਸੀ ਬਸ ਛੇਡੇ ਹੁਣ ਤਾਂ ਜੋ ਵੀ ਜੁੜਿਆ ਨਾਲ ਕਬੱਡੀ ਉਹ ਵਿੱਚ ਨੋਟਾਂ ਦੇ ਖੇਡੇ ਹਰ ਜੰਬਾਲੀਆ ਫੜ ਲਈ ਹੈ ਰਫਤਾਰ ਕਬੱਡੀ ਨੇ ਕਿ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ ਅੰਮ੍ਰਿਤ ਦੇ ਹੈਪੀ ਮਾਰੂ ਦੇ ਗਿੱਲਾਂ ਵਾਲੇ ਵੱਲਿਓ ਕਬੱਡੀ ਵਾਈਫਾਈ ਤੇ ਅੱਜ ਲੱਖੇ ਦੇ ਖੇਡ ਮੇਲੇ ਦੀ ਅਪਡੇਟ ਕਰ ਰਹੇ ਆ ਕੱਲੇ ਕੱਲੇ ਹੀ ਰੇਡ ਦੀ ਬਹੁਤ ਬਹੁਤ ਧੰਨਵਾਦ 2 ਮਾਰਚ ਕੁਤਵੇ ਬਾਹਵਣੀਆਂ ਦੇ ਬੂਟੇ ਛਾਪਾ ਤੇ ਰੈਂਕਾ ਕੁਤਵੇ ਬਾਹਵਣੀਆਂ ਵੱਲੋਂ ਖੁੱਲੇ ਸੱਦੇ ਆ ਜੀ ਪਹੁੰਚਣ ਉਧਰ ਅਗਲਾ ਮੈਚ ਜੰਗੀਆਣਾ ਤੇ ਰਸੂਲਪੁਰ ਦਾ ਟੀਮਾਂ ਜਲਦੀ ਪੁੱਜਣ ਇੱਕ ਪਾਸੇ ਪਿੱਥੋਂ ਵਾਲਾ ਪਰ ਝੂਲਣਾ ਵਾਲੀ ਦਾ ਵੀ ਕਹਿੰਦੇ ਨਾਮ ਚੱਲਦਾ ਹੈ ਨਾਮ ਚੱਲਦਾ ਸੋਨੀ ਦਾ ਗੱਲ ਪਰਿਵਾਰ ਦਾ ਗੱਭਰੂ ਪਾਂਡ ਲੈ ਕੇ ਜਾਂਦਾ ਹੋਇਆ ਰਸੂਲਪੁਰ ਦੀ ਟੀਮ ਪੁੱਜ ਗਈ ਹੈ ਜੀ ਮੇਰੀ ਬੇਨਤੀ ਹੈ ਜੰਗੀਆਣੇ ਦੇ ਖਿਡਾਰੀ ਵੀ ਜਲਦੀ ਨਾ ਆ ਜਾਣ ਲੈ ਵੀ ਮੱਲੇ ਵਾਲਿਆ ਭੱਜ ਕੇ ਮੈਕ ਫੜਲਾ ਨੌਜਵਾਨ ਇਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਦੇਖੋ ਪਈ ਹੋਈ ਅਗਲੀ ਕਬੱਡੀ ਇਸ ਧਾਬੀ ਦੀ ਲਓ ਪਈ ਹੋਈ ਕਬੱਡੀ ਤੇ ਹੁਣ 4 ਜਾਫੀਆਂ ਦੇ ਵਿੱਚੋਂ ਬਾਜੀ ਅਚਰ ਵਾਲੀ ਆ ਵਾਹ ਨਹੀਂ ਉਹ ਰਿਸਾ ਤੇਰੀ ਆ ਨਹੀਂ ਉਹ ਰਿਸਾ ਤੇਰੀ ਆ ਲਓ ਸਾਹਮਣੇ ਲੱਗਦਾ ਹੋਇਆ ਜਫਾ ਕਿ ਲੱਗ ਗਿਆ ਜਫਾ ਯਾਰੋ ਧਾਬੀ ਗਿਆ ਡੱਕਿਆ 100 ਰੁਪਇਆ ਗਗੜ ਪੱਠਲ ਕਹਿੰਦਾ ਮੇਰੇ ਵੱਲੋਂ ਬੱਚੀ ਦੇ ਲਈ ਹੈ ਬੱਚੀ ਦੇ ਲਈ
उधर साडा वीर मोहना झोलड़ा वाला गगन भट्ठल होरां ने माया दे गफे बन रहे खिडारियों के लिए उन्हें वीर का भी बहुत बहुत धन्यवाद है। अगले साल कहते इस नौजवान मोटरसाइकिल दिता जाएगा गगन भट्ठल होरां वल्लों। सोनी कबड्डी पाउंदा होया कि बदौलत कबड्डी की लखां दिलों में वसदे ने सुरखपुरी संदीप अते दुल्ला कि गुरजीत तूता पिंड दा खिडारी हीरे जा बमुल्ला कहिंदे जसे लाडी वरगे साजे कीतिआं ना किते भी हत्थे आउंदे ए गभरू कबड्डी खेड के पूरा जग उते ना चमकाउंदे। मारो ताड़ी बंदियां दे लागे हसमा मुकाबला दोनों खिडारियों के दरमियान है पर पिथों वाली तो 200 रुपया गगन भट्ठल वाली हो गया 200 रुपया बई 200 रुपया गगन भट्ठल वालों 100 रुपया सरदार दर्शन सिंह जी नाल पंडित अशोक जी वालों भी जिहड़े मान सम्मान नाल साडा वीर सतनाम ते पाला गैरी उरां दा भी बहुत बड़ा धन्यवाद है। 200 रुपया जफ्फे दा हो गया मित्रों जे जफ्फा ला लवो 200 रुपया बाबू वीर बैठ जाण दो साडा निम्मा बई के बाबे की जगह से जो हाल पैना वा उहदे लई 5500 रुपया निम्मा जेलदार देऊगा। बहुत बहुत मैच समाप्त है। मैच समाप्त हो गया भाई। दानी छड्डन दा हुण नेड़े आउण लगे सी। केड़ी टीम जेतू रही है जी माणू के संधू अंकां दा वेरवा सांझा कीता जा रिहा दर्शकां दे नाल 13 पॉइंट ने माणू के संधुआं दे अचरवाल दे 11.5 पॉइंट माणू के संधुआं दी टीम विनर है जी। सोनी ते गीता फेरू राही सम्मान लै जाण भाई सोनी ते गीता फेरू राही जंगियाणे दी टीम जल्दी तो जल्दी ग्राउंड दे विच आवे पहला सेमीफाइनल होवेगा जंगियाणा वर्सेज रसूलपुर अज दे इस कबड्डी कप दा। जंगियाणे दी टीम 1 मिंट दे अंदर अंदर ग्राउंड च आ जावे साडी बेनती है। जंगियाणा दी टीम 1 मिंट दे अंदर अंदर ग्राउंड आ जावे। सम्मान लै जाओ आपदा सोनी झोलड़ा ते फेरू राही वाला गीता ते जिहड़ी जंगियाणे दी टीम है जंटा की जंटा बूटा दे कुलदीप वल्लों सद्दी होई है इस पिंड दे दोधिआं वल्लों टीम। बहुत बहुत धन्यवाद। हेलो जंगियाणे दी टीम जल्दी नाल ग्राउंड दे विच आ जावे। जंगियाणे दी टीम हां जी कमेटी सम्मान कर रही है रेका कुत्तबा बावणिया अते बूटा कोल्ड छापे वालिया दा रैकोट दे खेड मेले लई जिन्हां दी वड्डी देण आ साडा भाई आस्ट्रेलिया वाले कुलदीप जी सम्मान कर रहे हैं उन्होंने बहुत बहुत धन्यवाद वड्डी देण आ कुलदीप आस्ट्रेलिया दी इस खेड मेले लई। जंगियाणे दी टीम नूं बेनती है सोनी झोलड़ा राजा भाई सीरे ते कुलदीप वल्लों सम्मान किया जाना सोनी झोलड़ा ते गीते फेरू राही दा। जंगियाणे दी टीम नूं बेनती है भी विड़ा किसे देरी तो जल्दी नाल खेड कबड्डी दे ग्राउंड दे विच आ जावे। जंगियाणे ने 1 मिंट दा समां दर्शक वीर बेसबरी दे नाल इंतजार कर रहे हैं। जंगियाणा उधर साडी प्रबंधकी कमेटी सुपरस्टार कबड्डी खिलाड़ियों दे मान सम्मान कर रही है बड़ा धन्यवाद कर रहे हैं। जंगियाणा जंगियाणे की टीम जल्दी नाल खेड कबड्डी के ग्राउंड के आ जाए। जंगियाणा हेलो जंगियाणे की टीम हाजी सोनी झोलड़ा का सम्मान किया जा रहा बहुत बहुत धन्यवाद आए बारे कमेटी सम्मान करती है सोनी झोलड़ा का सीरे होना वालों गीता फेरू राही कुलदीप आस्ट्रेलिया उन्होंने वालों सीरा सीरे से कुलदीप आस्ट्रेलिया वालों सम्मान किया जा रहा। ठूर वाला नरभै ठूर वाला वह भी आपका सम्मान लै जाए नरभै ठूर वाला 28 तरीक फेरू राही के खेड मेले की आ मोटरसाइकिल भाई बैठ न उथे भी। हेलो जंगियाणे की टीम 1 मिंट के अंदर अंदर ग्राउंड च आवे जी। जंगियाणे की टीम नू 1 मिंट का समा दे रहे हैं और टीम जल्दी पहुंची। उधर 27 ते 28 फरवरी फेरू राही दे कबड्डी कप दी है जिथे 27 तरीक नू कबड्डी 70 किलो दे वेस्ट रेडर ते जाफी नू एलसीडियां दित्तियां जाणगियां 28 तरीक कबड्डी ओपन दे वेस्ट रेडर ते जाफी नू मोटरसाइकिल दित्ते जाणगे फेरू राही दी धरती ते सारियां टीमां नू खुल्ला कराया दित्ता जाएगा। 24 तरीक बस्सियां दे कबड्डी कप दी है 27 तरीक भम्मीपुर दे कबड्डी कप दी है 1 मार्च बुरज नकलियां दे कबड्डी टूरनामेंट दी। ਹਾਂਜੀ ਦੋਨੇ ਟੀਮਾਂ ਸਾਡੇ ਲਾਈਨ ਤੇ ਆ ਜਾਣ ਅਸੀਂ ਸੌਂ ਖਵਾਉਣੀ ਹੈ ਜੀ ਦੋਨੇ ਟੀਮਾਂ ਨੂੰ। ਇਹ ਪਹਿਲਾ ਸੈਮੀਫਾਈਨਲ ਮੈਚ ਹੈ ਜੰਗੀਆਣਾ ਵਰਸਸ ਰਸੂਲਪੁਰ। ਹਾਂਜੀ ਆ ਜਾਓ ਬਈ ਰਸੂਲਪੁਰ ਵਾਲਿਓ ਹਾਂਜੀ ਨਿੰਮੇ ਜੈਲਦਾਰ ਵੱਲੋਂ ਹਾਲ ਦੀ ਖੱਟ ਜਿਹੜਾ ਗੁਰੂ ਕੇ ਲੰਗਰ ਲਈ ਉੱਥੇ ਬਾਬੇ ਦੀ ਜਗ੍ਹਾ ਤੇ ਚੱਲਦਾ 5500 ਰੁਪਇਆ ਹੋ ਗਿਆ ਪਾਠਾ ਹਾਂਜੀ ਪਾਰ ਦੀ ਖੱਤਰ
हाँ जी जी पाठ वाली जगह जिथे अच पाठ साहब श्री गुरु ग्रंथ साहब जी के पाठ प्रकाश किए हुए उत्थे जेडे हाल पैना उहदे लई 5100 रुपया हो गया निम्मे जायदार वलियो आ जाओ भी दोने टीम आ जाओ वीरे आओ भाई आओ बाबे मान साहब सौ लगे साडा मैच लगूगा बाबा मान साहब की जगह की सौ लगे जे असी रल के प्रकाश किए हुए हैं उस जगह लई तरसेम सिंह जी कनेडियन मलकीत सिंह सरपंच दे लड़के वल्लों 1,01,000 रुपया दिता जाऊ 5100 रुपया मेजर सिंह जी गल दे परिवार वालों जगह के नाम लई एक बारी बाबे दे नाम दी जोरदार ताड़ी ला दो वाह वी वाह बाबा मान साहब दी सौं साडा कोई मैच सांझा नहीं मैच लगूगा हां जी कल सानू बरखा रात नू जिहड़ी होई आ दोनों टीमां दा धन्नवाद भाई गुरप्रीत तेरा वी थैंक यू हाँ जी तरसेम सिंह जी सेमे वालों जो आस्ट्रेलिया के बैठा सरदार हरदेव सिंह जंडे का लड़का वो वालों 5100 रुपया बाबे की जगह ली आओ मारो ताड़िया मैं जरा बहुत कड़ा छेड़े वाला बेरो वीर हाँ जी साडा मनदीप भाई भी ताली वाला साढ़े 15-16 पॉइंट हो गए इस मैच की जेकर तुम मैच का आनंद लैना तो एक बार खुल के जोरदार ताड़िया मारो दर्शक वीर साडा भाई मनदीप भी बधाई दे रहा इस खेड मेले की जो पिछले साल भी साडियां टीमां सदन दे विच सहयोग दिंदा उसके परिवार वालों 2100 रुपया मनदीप सिंह जी सूबेदारां दे परिवार वालों साडे भाई चंद होणी भी बैठे आ नैट ते साडा उहनां ने भी बधाई दे रहे ने उहनां दा भी तहे दिलों धन्नवाद उधर सैबी नूं मेरे वीरे मोटरसाइकिल दिता जाणा चैकर दे कबड्डी टूरनामेंट ते सैबी नूं ढाली मैच जरा बहुत तकड़ा खेड़े जाड़ा खेड कबड्डी का एक पासे हरसूपुर की टीम है दूसरे पासे टीम जी जंगियाड़े की कि जंगियाड़े ते रसूलपुर का मैच मित्रों फस गई कुंडिया बार बैठे लोग यो गल्ला करते टीम तो दोनों चंगिया कौन खिंचू गिटे कौन पाऊगा कबड्डी यार चुक चुक के जीदे पट्टा दे विच जोर मित्रों ओड़े जाड़ा जित के उधर सामने पलटीना मोटरसाइकिल खड़े आ पर तुहाडी किहड़ा ओ भागा वाला खिलाड़ी होगा जेड़ा अज लखे दे कबड्डी टूरनामेंट का मोटरसाइकिल जित होगा मोटरसाइकिल जित होगा हाँ जी सीरा बैरोके का सम्मान किया जा रहा सीरा बैरोके जी किराया देना इन्हों किराया दे दो ठीक है जी ठीक है मैच बढ़िया लग्या बिट्टू इधर जोर रखी पर मैनू मैं भी धक्के लाल ही आ जाता मैनू कहणगे पैसे बोल सब ने पहली कबड्डी हरसूलपुरिया नौजन मेरे वीर पिना करमपाल सिद्धू लंडिया वाला प्यार टेंगो कहना तो दूसरे पास दुनिया के सुपर स्टार कबड्डी के खिलाड़ी ने चाहू याफिया के कुलविंदर पॉइंट जोड़ा रसूलपुरी है पिंडा अपनी टीम के लिए जोड़ रहा हो उधर एन आर आई भरा जुड़े बैठे हैं लै भी बिट्टू भी इधर इस मैच की जिहड़ी टीम जेतू होगी उस टीम के लिए मेरे वीरों 1,000 रुपया दिता जाएगा अशोक पंड जी पाला कनेडा सतनाम कनेडा से साढ़े भी राशि हुई हैरी हुई कनेडा के बैठे ने इस मैच की जेतू रहने वाली टीम को 1,000 रुपया दिता जाएगा इधर पाई हुई इस नौजवान धाबी अलकड़ा वाली की कबड्डी से आ नौजवान जाफी खेड कबड्डी के मैदान के रसूलपुर की टीम लिए
ला तकड़ा जफा पॉइंट का वाधा करता होया पावी शीरे अगली कबड्डी उधर बूटा छापा जी चेयरमैन अयाज सेवा सोसायटी नाल रिंका कुतबा बावड़िया जनरल सकत्र जूथ कालीदाल सर्कल रायकोट ऐलान करते ने भी दर्शन सिंह होरां दा सारी प्रबंधकी कमेटी का दो तरीक कुतबे के कबड्डी कप से सम्मान किया जाएगा जेड़ा भी जाफी जफा लावेगा सरपंच दर्शन सिंह होरां वालों 100 रुपए का मान सम्मान दिता जाना है। लै भी पंच सिया मुबारकबाद है वीर तुहानू भी इधर नौजवान जंगी अणी का गुरप्रीत सिंह ट्राई करता होया सीरे की कबड्डी से जिहड़ा भी जाफी जफा लावेगा 100 रुपया दिता जाएगा बंत जू एस ए वालों साडा वीर विशेष तौर पर पुजे हुए ने। इधर शाहरपिंड का गोगी का पेंडू इस वेले नौजवान ढाबी कबड्डी पाउंदा होया इस वेले दीपक साड़ वाला डॉक्टर साहब कृपा करके कबड्डी के मैदान च आ जाण साडी बेनती है डॉक्टर साहब जी साडी आवाज नूं सुणदे ने ग्राउंड के वल आ जाएंगे। उधर इस वे खेड़ कबड्डी के मैदान वेखो नौजवान जाफी बढ़ के ट्राई करता होया रसूलपुरिया कहते 70 किलो भारत भी टॉप का जाफी है बलदेव पर इधर वेखो अजकल पंजाब के कबड्डी कपां से बहुत तकड़े जाफे लाउंदा है शाड़ वाला दीपक पाण लैके जाता होया दीपक दे जिहड़ा भी जाफी शीरे नूं जफा लावेगा उस जाफी लिए 100 रुपए के मान सम्मान बंत जू एस ए जी वालों दिते जाने ने। हाँ जी डॉक्टर साहब प्लीज जल्दी ना ग्राउंड के आ जाए खिलाड़ी दे अख ते सट लगी है प्लीज डॉक्टर साहब जल्दी ना खिलाड़ी दे सट लगी है ग्राउंड वल आ जाए मेरी बेनती है। इधर वेखो नौजवान जाफी दूजे पासे अज कहिंदे जंगी आने वाले विशेष तौर पर पुजे हुए ने इस कबड्डी कप की अगली कबड्डी नौजवान फिर अलकड़िया वाला डॉली का पेंडू पाने लिए वध्या होया लव शोकी खेड के मैदान एक कंधी अमृतपाल सिंह कद्दू नाल मेरे वीर रामगढ़िया संदीप बलदेव ते दली उड़ 4 याफी ने 4 याफिया के लव खड़ राजा मेरे वीर दली के कोई चूपे गंदा कोई खावे छली हंधे दूर कर दिंदा रसूलपुरी है दली पर करदा ट्राई सफलता ढाबी के कदम चुंदी हुई और जेड़ा ढाबी का 200 रुपया होगा जेड़ा जाफी जफा लाएगा लोकल विनर रसूलपुरी सीरा बाल सिंह जी उन्होंने 200 रुपया बल्ले बल्ले आ भज गया आ गया सीरा तो पॉइंट रसूलपुर की टीम का पॉइंट रसूलपुर की टीम के इस जुड़ता होया 200 रुपया इस लाओ दीपक जेड़ा भी खिलाड़ी जेड़ा रसूलपुर का जाफी जफा लावेगा बाल सिंह जी आखते यूएसए वाले 200 रुपया 200 रुपया रसूलपुर की धरती सरदारा का पिंड जिले लुधियाने का लो दूसरे पासे दली मेरे भीर वाह बलिहारे जावा उखड़े पैर तो पॉइंट जेड़ा ढावी का पॉइंट ढावी के हिस्से जुड़ता होया लै भी बिटू भीर इधर टेंगो कबड्डी पाँदा होया इस वे रसूलपुरी नौजवान खेड कबड्डी के मैदान वध्या होया पिंदा रसूलपुर का वाधा होया कबड्डी पाने के लिए अज जिथे 2 मोटरसाइकिल दिते जा रहे हैं वेस्ट रेडर के जाफी नू कल कबड्डी ओपन के मैच अबूवाल की धरती सुधार के लागे करके बहुत तकड़ा कबड्डी कप करवा करवाया जा रहा है। इधर वेखो नौजवान जंगी आने वाला इस वे खेड कबड्डी के मैदान ट्राई करता होया लो मारो ताड़ी के लग गया जफा जा रुता भी गया डकिया चढ़ गया सुरूर जी ने सारा कुछ तकिया बंत जू ऐसे साडा वीर इस नौजवान लिए माया पुजदी कर रहा 200 रुपया नाल सरदार दर्शन सिंह जी इस खिलाड़ी के लिए निम्मा जालदार जी वह भी जाफी लिए मान सम्मान भेज रहे ने। जंगी आने का गुरप्रीत सिंह जेकर एक जफा उड़ावेगा तो कुलदीप आस्ट्रेलिया से शीरा साडा वीर 500 रुपया देंगे 70 किलो के फाइनल मैच दिया दोनों टीम कृपा करके जल्दी ना ग्राउंड के आ 70 किलो के फाइनल मैच दिया दोनों टीम इधर शोकी नौजवान खेड कौडी के मैदान अलकड़े पिंड का पॉइंट लेके बस जाता होया शीरे की कबड्डी 300 रुपए की होगी बंत जू एस ए वाले वालों जिथे बंत ने आप तकड़ी कबड्डी खेडी तेजी वर्गिया ने जिंदर वर्गिया ने और कल भावे बिट्टू रन की होगी जैली वर्गे खिडारियों की इधर नौजवान बढ़िया होया कबड्डी पाने के लिए उधर इस मैच की जिहड़ी जेतू टीम होगी कहिंदे 1000 रुपया दिता जाएगा पर आ कबड्डी ते 500 दिता जाना है साडे वीर शीरे होरां वल्लों नाल कुलदीप आस्ट्रेलिया 500 रुपया देणगे लो उधर बहुत तगड़ा मुकाबला पिछे हर जो पासे
1000 ਜੰਗੀਆਂ ਨੇ ਵਾਲਾ ਜੰਗੀਆਂ ਨੇ ਵਾਲਾ ਲਾ ਤਕੜਾ ਜਫਾ ਗੁਰਪ੍ਰੀਤ ਕਹਿੰਦੇ ਅੱਜ ਮੇਲਾ ਰੁੱਟ ਰਿਹਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਉਧਰ ਲਾ ਤਕੜਾ ਜਫਾ ਕੁਲਦੀਪ ਆਸਟ੍ਰੇਲੀਆ ਸੀਰਾ ਸਰਪੰਚ ਦਰਸ਼ਨ ਸਿੰਘ ਕਬੱਡੀ ਤੇ ਵੀ 200 ਰੁਪਇਆ ਹੋਵੇਗਾ ਬੰਤ ਯੂਐਸਏ ਵਾਲਾ ਕਹਿੰਦਾ 300 ਰੁਪਇਆ ਹੋਵੇਗਾ ਦੀਪਕ ਸ਼ਾਹੜ ਵਾਲੀ ਦੀ ਕਬੱਡੀ ਤੇ ਦੀਪਕ ਸ਼ਾਹੜ ਵਾਲੀ ਦੀ ਕਬੱਡੀ ਤੇ ਜੰਗੀਆਣੀ ਦੀ ਟੀਮ ਜਿੰਨੇ ਜਫੇ ਲਾਵੇਗੀ ਬਲਦੇਵ ਯੂਕੇ ਦੇ ਜਤਿੰਦਰ ਆਸਟ੍ਰੇਲੀਆ 100-100 ਰੁਪਇਆ ਦੇਣਗੇ ਹਰ ਇੱਕ ਜਫੇ ਤੇ ਉਧਰ ਕਹਿੰਦੇ ਅਸ਼ੋਕ ਪੰਡਿਤ ਜੀ ਪਾਲਾ ਕਨੇਡਾ ਰਾਸ਼ਾ ਹੈਰੀ ਤੇ ਸਤਨਾਮ ਕੈਨੇਡੀਅਨ ਵੱਲੋਂ ਇਸ ਮੈਚ ਦੀ ਜੇਤੂ ਟੀਮ ਨੂੰ 1000 ਰੁਪਇਆ ਦਿੱਤਾ ਜਾਵੇਗਾ ਇਧਰ ਭਾਈ ਹੋਈ ਕਬੱਡੀ ਤੇ ਨੌਜਵਾਨ ਜਾਫੀ ਸੰਦੀਪ ਬਹੁਤ ਕਾਇਮ ਜਾਫੀ ਹੈ ਰਾਮਗੜ੍ਹ ਪਿੰਡ ਦਾ ਪਰ ਦੀਪਕ ਸ਼ਾਹੜ ਵਾਲਾ ਵੇਖੋ ਪੁਆਇੰਟ ਲੈ ਕੇ ਜਾਂਦਾ ਹੋਇਆ ਗੁਰਪ੍ਰੀਤ ਜਫਾ ਲਾਵੇਗਾ ਕੁਲਦੀਪ ਤੇ ਸ਼ੀਰਾ ਆਸਟ੍ਰੇਲੀਆ 1000 ਰੁਪਇਆ ਦੇਣਗੇ ਰਸੂਲਪੁਰੀਆ ਮਸਤ ਮੌਲਾ ਅਗਲੀ ਕਬੱਡੀ ਪਾਉਂਦਾ ਹੋਇਆ ਰਸੂਲਪੁਰੀਆ ਮਸਤ ਮੌਲਾ ਕੇ ਮੁੱਛਪੁੱਟ ਗੱਭਰੂ ਰਸੂਲਪੁਰੀਆ ਕਾਲੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਭਗਵੰਤ ਸਿੰਘ ਜੀ ਜਾਂਗਪੁਰ ਵਾਲੀ ਇਸ ਕਬੱਡੀ ਦਾ ਫੈਸਲਾ ਕਰਦੇ ਹੋਏ ਕਿ ਪੁਆਇੰਟ ਮਸਤ ਮੌਲੇ ਕਾਲੂ ਦਾ ਰਸੂਲਪੁਰੀਏ ਦਾ ਰਸੂਲਪੁਰੀਏ ਦਾ ਲੈ ਵੀ ਸ਼ੋਕੀ ਭਾਵੀ ਨੌਜਵਾਨਾਂ ਕਬੱਡੀ ਇਧਰ ਅਲਕੜੇ ਪਿੰਡ ਦਾ ਇਸ ਵੇਲੇ ਡੋਲੀ ਹੋਰਾਂ ਦਾ ਪੇਂਡੂ ਜੰਗੀਆਣੀ ਦੀ ਤਰਫ ਤੋਂ ਕਬੱਡੀ ਪਾਉਂਦਾ ਹੋਇਆ ਉਧਰ ਵੇਖੋ ਨੌਜਵਾਨ ਫਿਰ ਕਾਂਤਾ ਰਸੂਲਪੁਰੀ ਟਰਾਈ ਕਰਦਾ ਹੋਇਆ ਪਰ ਪਾਂਟਾ ਵੀ ਦਾ ਅਗਲੀ ਕਬੱਡੀ ਪਿੰਦਾ ਰਸੂਲਪੁਰੀ ਪਾਉਂਦਾ ਹੋਇਆ ਜੰਗੀਆਣੀ ਦਾ ਗੁਰਪ੍ਰੀਤ ਜਫਾ ਲਾਵੇਗਾ ਤਾਂ ਕੁਲਦੀਪ ਤੇ ਸ਼ੀਰਾ ਸਾਡਾ ਵੀਰ 1000 ਰੁਪਇਆ ਦੇਣਗੇ ਗੁਰਪ੍ਰੀਤ ਦੇ ਲਈ ਜਿਹੜਾ ਆ ਧਾਵੀ ਨੂੰ ਕੋਈ ਵੀ ਜਾਫੀ ਜਫਾ ਲਾਵੇਗਾ ਨਿੰਮਾ ਜੈਲਦਾਰ ਜੀ 100 ਰੁਪਇਆ ਮਾਨ ਸਨਮਾਨ ਕਰਨਗੇ ਬੰਤ ਸਾਡਾ ਵੀਰ ਨਾਲ ਦਰਸ਼ਨ ਸਿੰਘ ਜੀ ਆ ਵੇਖੋ ਇਸ ਵੇਲੇ ਗੁਰਪ੍ਰੀਤ ਪਰ ਦੂਸਰੇ ਪਾਸੇ ਪਿੰਦਾ ਵੇਖੋ ਪਾਣ ਲੈ ਕੇ ਬਾਸ ਆਪਣੀ ਟੀਮ ਵੱਲ ਜਾਂਦਾ ਹੋਇਆ ਅਸ਼ੋਕ ਪੰਡਿਤ ਜੀ ਪਾਲਾ ਕਨੇਡਾ ਰਾਸ਼ਾ ਹੈਰੀ ਤੇ ਸਤਨਾਮ ਕੈਨੇਡੀਅਨ ਵੱਲੋਂ ਮੇਰੇ ਵੀਰੂ ਇਸ ਮੈਚ ਦੀ ਜੇਤੂ ਟੀਮ ਨੂੰ 1000 ਰੁਪਇਆ ਦਿੱਤਾ ਜਾਵੇਗਾ ਬੰਤ ਸਾਡਾ ਵੀਰ ਯੂਐਸਏ ਕੁਲਦੀਪ ਤੇ ਸ਼ੀਰਾ ਆਸਟ੍ਰੇਲੀਆ 400 ਰੁਪਏ ਦੀ ਕਬੱਡੀ ਆ ਨੌਜਵਾਨ ਧਾਵੀ ਦੀ ਹੋਵੇਗੀ 400 ਰੁਪਏ ਦੀ ਕਬੱਡੀ ਹੋਵੇਗੀ ਉਧਰ ਬਿੰਦਰ ਬੱਧਰੀ ਜੀ ਦਾ ਨਾਲ ਬਹੁਤ ਵੱਡਾ ਧੰਨਵਾਦ ਹੈ ਉੱਥੇ ਸਾਡਾ ਹੈਰੀ ਸਾਡਾ ਵੀਰ ਨੰਗਲ ਵਾਲਾ ਔਰ ਜਿੱਥੇ ਹਰਪ੍ਰੀਤ ਸਿਵੀਆ ਜੀ ਹੈਰੀ ਨੰਗਲ ਜੀ ਕਬੱਡੀ 265.com ਦੇ ਜ਼ਰੀਏ ਜੁੜੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਇਧਰ ਰਾਮਗੜ੍ਹ ਦਾ ਸੰਦੀਪ ਦੂਜੇ ਪਾਸੇ ਗੋਬੀ ਸ਼ਾਹੜ ਵਾਲਾ ਹਰਜੋ ਪਾਸੇ ਇਧਰ ਵੇਖੋ ਦੋਨੋਂ ਖਿਡਾਰੀਆਂ ਦੇ ਦਰਮਿਆਨ ਤਕੜਾ ਮੁਕਾਬਲਾ ਪੁਆਇੰਟ ਪਰਤਾ ਵੀ ਦਾ ਪੁਆਇੰਟ ਪਰਤਾ ਵੀ ਦਾ 1000 ਰੁਪਇਆ ਇਸ ਕਬੱਡੀ ਤੇ ਹੋਵੇਗਾ ਜਿਹੜਾ ਵੀ ਜਾਫੀ ਜਫਾ ਲਾਵੇਗਾ ਜੇ ਚੰਗੀਆਂ ਨੇ ਦਾ ਜਿਹੜਾ ਵੀ ਜਾਫੀ ਜਫਾ ਲਾਵੇਗਾ ਸ਼ੀਰਾ ਆਸਟ੍ਰੇਲੀਆ ਕੁਲਦੀਪ ਨਾਲ ਬੰਤ ਯੂਐਸਏ ਵਾਲੀ ਇਸ ਨੌਜਵਾਨ ਧਾਵੀ ਦੇ ਲਈ ਮੇਰੀ ਵੀਰੋ ਜਿੱਥੇ ਜਾਫੀ ਦੇ ਲਈ ਮਾਨ ਸਨਮਾਨ ਦਿੱਤੇ ਜਾਣੇ ਨੇ ਪਰ ਮਸਤ ਮੌਲਾ ਖੇਡ ਕਬੱਡੀ ਦਾ ਵੇਖੋ ਸਾਹਮਣੇ ਪੁਆਇੰਟ ਲੱਗੀ ਬਸ ਆਪਣੀ ਟੀਮ ਵੱਲ ਜਾਂਦਾ ਹੋਇਆ ਲੈ ਵੀ ਸ਼ੋਕੀ ਪਾਵੀ ਨੌਜਵਾਨਾਂ ਕਬੱਡੀ ਕਿ ਚਾਰੇ ਪਾਸੇ ਹੁੰਦੀ ਹੋਣੀ ਇਹਨਾਂ ਦੀ ਚਰਚਾ ਜਿੱਤ ਕੇ ਨਹੀਂ ਬਹਿੰਦੇ ਹੋਵੇ ਖੁੱਲਾ ਖਰਚਾ ਕਿ ਪਿਆਰ ਕਰੇ ਜਿਹੜਾ ਕਬੱਡੀ ਨੂੰ ਮੰਨਦਾ ਜਿੰਦ ਜਾਨ ਨੇ ਉਹਨੂੰ ਫਿਰ ਮਿਲਦਾ ਯਾਰੋ ਲੋਕਾਂ ਦਾ ਮਾਣ ਹੀ ਜੇ ਇੱਕ ਦੀ ਹੈ ਜਿੱਤ ਤਾਂ ਦੂਜੀ ਦੀ ਹਾਰ ਮਿੱਤਰੋ ਵਰਨਾ ਸੌਖਾ ਨੀ ਕਬੱਡੀ ਦਾ ਸਟਾਰ ਮਿੱਤਰੋ ਵਰਨਾ ਸੌਖਾ ਨੀ ਕਬੱਡੀ ਦਾ ਸਟਾਰ ਮਿੱਤਰੋ ਵਰਨਾ ਸੌਖਾ ਨੀ ਕਬੱਡੀ ਦਾ ਸਟਾਰ ਮਿੱਤਰੋ ਪੁਆਇੰਟ ਜੰਗੀਆਣੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ 70 ਕਿਲੋ ਭਾਰ ਦੇ ਫਾਈਨਲ ਮੈਚ ਵਾਲੀਆਂ ਦੋਨੋਂ ਟੀਮਾਂ ਜਲਦੀ ਪੁੱਜਣ ਮੇਰੀ ਬੇਨਤੀ ਹੈ ਕਬੱਡੀ 70 ਕਿਲੋ ਭਾਰ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਪੁੱਜਣ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਰਸੂਲਪੁਰੀ ਹੈ ਸ਼ੀਰਾ ਸ਼ੀਰਾ ਮੇਰੇ ਵੀਰੋ ਖੇਡ ਦੇ ਬਾਜ਼ਾਰ ਦੇ ਵਿੱਚ ਹੁਣ ਚਾਰ ਆਫੀਆਂ ਦੇ ਵਿੱਚੋਂ ਕਿਹੜਾ ਮੇਰੇ ਵੀਰੋ ਲਾ ਤਕੜਾ ਜਾਫਾ ਗੁਰਪ੍ਰੀਤ ਗੁਰਪ੍ਰੀਤ ਬੱਲੇ 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 ਆਹ ਭੱਜ ਗਿਆ ਤੇ ਰਸੂਲਪੁਰ ਦਾ ਪੁਆਇੰਟ ਜਿਹੜਾ ਰਸੂਲਪੁਰ ਦੀ ਟੀਮ ਨੇ ਇਸ ਵਿੱਚ ਜੁੜਦਾ ਹੋਇਆ 500 ਰੁਪਈਆ ਜਿਹੜਾ ਛੋਟੀ ਨੂੰ ਜਾਫਾ ਲਾ ਦੇਗਾ 500 ਰੁਪਈਆ ਹੋਵੇਗਾ ਬੰਤ ਸਿੰਘ ਜੀ ਯੂਐਸਏ ਵਾਲੇ ਵੱਲੋਂ ਜਿਹੜਾ ਰਸੂਲਪੁਰ ਦਾ ਜਿਹੜਾ ਮਰਜ਼ੀ ਜਾਫਾ ਲਾ ਦੇਗਾ ਖਿਡਾਰੀ ਵੀਰ ਜਿਹੜਾ ਜਾਫੀ ਜਿਹੜਾ ਕਾਲੂ ਨੂੰ ਜਾਫਾ ਲਾ ਦੇਗਾ ਸੱਤ ਨਾਮ ਪਾਲਾ ਕਨੇਡਾ ਰਾਸ਼ਾ ਮੇਰੇ ਵੀਰੋ ਹਰੀ ਕਨੇਡਾ ਵਾਲੇ 2000 ਰੁਪਈਆ ਦੇਣਗੇ 2000 ਰੁਪਈਆ 2000 ਰੁਪਈਆ ਲੈ ਮੇਰੇ ਵੀਰੋ ਹਾਂਜੀ ਜਿਹੜੇ ਦੋ ਪਲੇਅਰ ਬੰਦ ਕਰੇ ਸੀ ਕਿ ਨਾ ਖੇਡਣ ਇੰਨੀਆਂ
ਫੈਡਰੇਸ਼ਨ ਨੇ ਉਹ ਕਹਿੰਦੇ ਵੀ ਕੁੱਟਵੇ ਬਾਹਵੇਂ ਰੈਂਕੇ ਦੇ ਲਓ ਸਾਹਮਣੇ ਪੁਆਇੰਟ ਜਾਫੀਆ ਦਾ ਕਿ ਰਸੂਲਪੁਰੀ ਏ ਕਾਉ ਦੀ ਧਾਰ ਵਖਰੀ ਚੜ ਗਈ ਜਵਾਨੀ ਏ ਤੇ ਛੇਤੀ ਅਥਰੀ ਮੁੰਡਾ ਕਾਲਾ ਲੋਕੋ ਏ ਤਾਂ ਨਿਰਾ ਇਤਫਾਨ ਹੈ ਮੁੱਛ ਫੁੱਟ ਕਾਲੂ ਵਿੱਚ ਸ਼ੇਰ ਜੀ ਦੀ ਯਾਦ ਮੁੱਛ ਫੁੱਟ ਕਾਲੂ ਵਿੱਚ ਸ਼ੇਰ ਜੀ ਦੀ ਯਾਦ 500 ਰੁਪਈਆ ਜਾਫੀ ਲਈ ਪਾਉਤਾ ਕਰਤਾ ਉਧਰ ਪਾਲਾ ਕੈਨੇਡਾ ਕੁਲਦੀਪ ਆਸਟ੍ਰੇਲੀਆ ਜਸਵੀਰ ਆਸਟ੍ਰੇਲੀਆ ਪੁਆਇੰਟ ਭਾਵੀ ਦਾ ਪੁਆਇੰਟ ਅਰਸੂਲਪੁਰੀ ਏ ਮਸਤ ਮਾਲੇ ਦਾ ਕਬੱਡੀ 70 ਕਿਲੋ ਭਾਰ ਦੇ ਫਾਈਨਲ ਮੈਚ ਵਾਲੀਆਂ ਦੋਨੋਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ। ਚਾਲ ਸਟੂਡੀਓ ਦਾ ਸਾਡੇ ਵੀਰ ਮੀਤੇ ਹੋਰਾਂ ਦਾ ਬਹੁਤ ਵੱਡਾ ਧੰਨਵਾਦ ਹੈ, ਚਾਲ ਡਿਜੀਟਲ ਸਟੂਡੀਓ ਵਾਲੇ ਪੰਜਾਬ ਲਾਈਟ ਵਾਲੇ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ, ਚਾਈਨੀਜ਼ ਸਾਊਂਡ ਵਾਲੇ ਦਾ, ਸਾਰੇ ਸਤਿਕਾਰਯੋਗ ਵੀਰਾਂ ਦਾ। ਉੱਧਰ ਕਹਿੰਦੇ ਅਸ਼ੋਕ ਪੰਡਿਤ ਜੀ ਪਾਲਾ ਕੈਨੇਡਾ, ਰਾਸ਼ਾ ਕੈਨੇਡਾ, ਹੈਰੀ ਤੇ ਸਤਨਾਮ ਕੈਨੇਡੀਅਨ ਐਲਾਨ ਕਰਦੇ ਨੇ ਅਗਲੇ ਸਾਲ 1,10,000 ਰੁਪਇਆ ਦਿੱਤਾ ਜਾਵੇਗਾ ਇਸ ਕਬੱਡੀ ਟੂਰਨਾਮੈਂਟ ਦੇ ਲਈ। ਬਹੁਤ ਵੱਡਾ ਧੰਨਵਾਦ ਹੈ ਅਸ਼ੋਕ ਪੰਡਿਤ ਜੀ ਦਾ, ਪਾਲਾ ਕੈਨੇਡਾ, ਰਾਸ਼ਾ, ਹੈਰੀ ਤੇ ਸਤਨਾਮ ਕੈਨੇਡਾ ਐਲਾਨ ਕਰਦੇ ਨੇ ਅਗਲੇ ਸਾਲ ਇਸ ਕਬੱਡੀ ਕੱਪ ਲਈ 1,10,000 ਰੁਪਇਆ ਦਿੱਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਹੈ। ਕਬੱਡੀ 70 ਕਿਲੋ ਭਾਰ ਦੇ ਫਾਈਨਲ ਮੈਚ ਵਾਲੀਆਂ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਵੱਲ ਆ ਜਾਣ, ਮੇਰੀ ਬੇਨਤੀ ਹੈ। ਕਬੱਡੀ 70 ਕਿਲੋ ਭਾਰ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਪੁੱਜਣ। ਉਧਰ ਬਲਵੀਰ ਸਿੰਘ ਜੀ SDC ਸਾਹਿਬ ਦਾ ਬਹੁਤ ਵੱਡਾ ਧੰਨਵਾਦ ਹੈ। ਹੈਲੋ, ਕਬੱਡੀ 70 ਕਿਲੋ ਭਾਰ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਪੁੱਜਣ। ਦਰਸ਼ਕ ਵੀਰੋ, ਮੈਚ ਸ਼ੁਰੂ ਹੋਵੇਗਾ, ਪੁਆਇੰਟ ਦਾ ਥੋੜਾ ਡਿਸਪਿਊਟ ਹੈ, ਉਸ ਤੋਂ ਬਾਅਦ ਬਹੁਤ ਜਲਦ ਮੈਚ ਸ਼ੁਰੂ ਕਰਨ ਜਾ ਰਹੇ ਹਾਂ। ਤੈ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕਾਂ ਦਾ। ਸਾਰੇ ਦਰਸ਼ਕ ਇੱਕ ਵਾਰ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰੋ, ਕਿਉਂਕਿ ਬਹੁਤ ਵੱਡਾ ਯੋਗਦਾਨ ਹੈ, ਤੁਸੀਂ ਇਸ ਕਬੱਡੀ ਕੱਪ ਦੀ ਰੌਣਕ ਦੇ ਵਿੱਚ ਵਾਧਾ ਕਰ ਰਹੇ ਹੋ। ਉਧਰ ਕਬੱਡੀ 365.com ਦੇ ਨਾਲ ਜੁੜੇ ਬੈਠੇ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਵੱਡਾ ਧੰਨਵਾਦ। ਪਾਲੇ ਹੋਰੀ ਕੈਨੇਡਾ ਦੇ ਵਿੱਚ, ਰਾਸ਼ੇ ਵਰਗੇ, ਹੈਰੀ ਹੋਣੀ, ਸਤਨਾਮ ਕੈਨੇਡਾ ਜੀ, ਅਸ਼ੋਕ ਪੰਡਿਤ ਜੀ ਇਸ ਕਬੱਡੀ ਕੱਪ ਦਾ ਲਾਈਵ ਆਨੰਦ ਮਾਣ ਰਹੇ ਨੇ। ਉੱਥੇ ਜਿੰਦਰ ਤੇ ਸਾਡੇ ਵੀਰ ਤੇਜੀ ਹੋਣੀ ਕੈਨੇਡਾ ਦੇ ਵਿੱਚ ਬੈਠੇ ਨੇ। ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ। DC ਸਾਡਾ ਵੀਰ, ਉਹ ਵੀ ਇਸ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣ ਰਿਹਾ ਹੈ। ਉਧਰ DC ਸਾਡਾ ਵੀਰ ਕੈਨੇਡਾ ਦੇ ਵਿੱਚ ਬੈਠਾ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ। ਉਸ ਯਾਰ ਦਾ ਵੀ ਗਹਿ ਗੱਡ ਮੈਂ ਧੰਨਵਾਦ ਹੈ ਪ੍ਰਬੰਧਕੀ ਕਮੇਟੀ ਵੱਲੋਂ, ਸਾਰੇ ਸਹਿਯੋਗੀ ਵੀਰਾਂ ਦਾ ਜਿਨ੍ਹਾਂ ਨੇ ਇਸ ਕਬੱਡੀ ਕੱਪ ਲਈ ਯੋਗਦਾਨ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਿਡਾਰੀਆਂ ਨੂੰ ਬੇਨਤੀ ਹੈ, ਪਲੀਜ਼ ਆਪਾਂ ਜਲਦੀ ਨਾਲ ਫੈਸਲਾ ਕਰਕੇ ਮੈਚ ਸ਼ੁਰੂ ਕਰੀਏ, ਕਿਉਂਕਿ ਦਰਸ਼ਕ ਬਹੁਤ ਤਾਵਲੇ ਨੇ ਤੁਹਾਡੇ ਮੈਚਾਂ ਦੇ ਲਈ। ਕੱਲ੍ਹ ਨੂੰ ਦਰਸ਼ਕ ਵੀਰੋ, ਅੱਬੂਵਾਲ ਦੀ ਧਰਤੀ 'ਤੇ ਕਬੱਡੀ ਓਪਨ ਦੇ ਮੈਚ